ਅੱਜ ਮਾਰਕੀਟ ਕਿੱਟ ਕਮੇਟੀ ਸਮਾਣਾ ਦੇ ਵਿੱਚ ਅਸੀਂ ਮੀਟਿੰਗ ਕੀਤੀ ਸੀ ਜੀ, ਜੋ ਕਣਕ ਦੀ ਪਰਚੇਸ ਦਾ ਸੀਜ਼ਨ ਹੈ ਉਸ ਦੇ ਰਿਗਾਰਡਿੰਗ ਸਾਰੇ ਪ੍ਰਬੰਧ ਨੇ ਜੋ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਿਕ ਮੁਕੰਮਲ ਕਰ ਲਏ ਗਏ ਨੇ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਕੋਵਿਡ ਨੂੰ ਵਿਸ਼ੇਸ਼ ਰੂਪ ਦੇ ਵਿੱਚ ਧਿਆਨ 'ਚ ਰੱਖਦੇ ਹੋਏ ਅਸੀਂ ਇੱਥੇ ਖਾਨੇ ਨੇ ਜਿਹੜੇ ਉਹ ਬਣਵਾਏ ਨੇ ਤਾਂ ਕਿ ਸੋਸ਼ਲ ਡਿਸਟੈਂਸਿੰਗ ਹੈ ਜਿਹੜੀ ਪ੍ਰੋਪਰ ਮੇਨਟੇਨ ਰਹੇ। ਮਾਰਕੀਟ ਕਮੇਟੀ ਵੱਲੋਂ ਪਾਸਿਸ ਦਾ ਸਿਸਟਮ ਹੈ ਜਿਹੜਾ ਉਹ ਸਟ੍ਰੀਮਲਾਈਨ ਕਰ ਲਿਆ ਗਿਆ। ਸਾਰੇ ਜ਼ਿਮੀਂਦਾਰਾਂ ਨੂੰ ਬੇਨਤੀ ਹੈ ਕਿ ਜੋ ਆਪਣੇ ਪਾਸਿਸ ਦੇ ਅਕੋਰਡਿੰਗ ਹੀ ਆਪਣੀ ਸੁੱਕੀ ਫਸਲ ਹੈ ਜਿਹੜੀ ਉਹ ਮੰਡੀ ਦੇ ਵਿੱਚ ਲੈ ਕੇ ਆਉਣ, ਆਪਣੀ ਵਾਰੀ ਵਾਲੇ ਦਿਨ ਹੀ ਲੈ ਕੇ ਆਉਣ ਤਾਂ ਜੋ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਕੋਵਿਡ ਦਾ ਵਿਸ਼ੇਸ਼ ਰੂਪ ਦੇ ਵਿੱਚ ਧਿਆਨ ਰੱਖਦੇ ਹੋਏ ਹਰ ਜਗ੍ਹਾ ਦੇ ਉੱਤੇ ਅਸੀਂ ਸੈਨੇਟਾਈਜੇਸ਼ਨ ਦਾ ਪ੍ਰੋਪਰ ਪ੍ਰਬੰਧ ਕੀਤਾ। ਹੈਂਡ ਵਾਸ਼ਿੰਗ ਦੇ ਲਈ ਜਿਹੜੀਆਂ ਟੈਂਕੀਆਂ ਨੇ ਉਹ ਵੀ ਲਗਾ ਦਿੱਤੀਆਂ ਗਈਆਂ ਨੇ ਪੀਣ ਵਾਲੇ ਪਾਣੀ ਦਾ, ਅਤੇ ਟੋਇਲਟਸ ਦਾ ਜੋ ਪ੍ਰਬੰਧ ਹੈ ਉਹ ਵੀ ਪ੍ਰੋਪਰ ਕਰ ਦਿੱਤਾ ਗਿਆ। ਮਾਰਕੀਟ ਕਮੇਟੀ ਦੇ ਅਫੀਸ਼ੀਅਲਸ ਲਗਾਤਾਰ ਕੰਮ ਕਰਨ ਲੱਗੇ ਹੋਏ ਨੇ, ਅਤੇ ਜੇਕਰ ਕਿਤੇ ਕੋਈ ਮਾੜੀ ਮੋਟੀ ਵੀ ਕੋਈ ਕਮੀ ਬਾਈ ਚਾਂਸ ਰਹਿ ਜਾਂਦੀ ਹੈ ਤਾਂ ਉਹਨੂੰ ਤੁਰੰਤ ਉਹਨੂੰ ਠੀਕ ਕਰਨ ਦੀ ਹਦਾਇਤਾਂ ਨੇ ਜਿਹੜੀਆਂ ਜਾਰੀ ਕਰ ਦਿੱਤੀਆਂ ਗਈਆਂ ਨੇ। ਸਮੂਹ ਖਰੀਦ ਏਜੰਸੀਜ਼ ਨੂੰ ਬਰੀਫ ਕਰ ਦਿੱਤਾ ਗਿਆ ਜੀ, ਉਹਨਾਂ ਨੂੰ ਕਿਹਾ ਗਿਆ ਕਿ ਉਹ ਪ੍ਰੋਪਰਲੀ ਹੈ ਜਿਹੜੀ ਕਣਕ ਦੀ ਖਰੀਦ ਕਰਨ ਤਾਂ ਜੋ ਜ਼ਿਮੀਂਦਾਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਬਾਰਦਾਨਾ ਉਹਨਾਂ ਕੋਲ ਹੈ, ਜਿਹੜੀ ਵੀ ਬਾਰਦਾਨੇ ਦੀ ਕਮੀ ਹੈ ਉਹ ਵੀ ਉਹ ਕਮੀ ਉਹਨਾਂ ਨੇ ਅਸ਼ੋਰ ਕੀਤਾ ਜੀ ਕਿ ਉਹ ਬਹੁਤ ਜਲਦੀ ਉਸ ਕਮੀ ਨੂੰ ਵੀ ਪੂਰਾ ਕਰ ਦੇਣਗੇ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀ ਮੇਰੇ ਨਾਲ ਇੱਥੇ ਖੜੇ ਨੇ, ਇਹਨਾਂ ਨੇ ਵੀ ਅਸ਼ੋਰ ਕੀਤਾ ਕਿ ਪ੍ਰੋਪਰ ਪਾਸਿਸ ਦੇ ਸਿਸਟਮ ਨੂੰ ਫੋਲੋ ਕਰਦੇ ਹੋਏ ਕਿਸਾਨਾਂ ਨੂੰ ਆਪਣੇ ਪੱਧਰ 'ਤੇ ਵੀ ਬੇਨਤੀ ਕਰਨਗੇ ਜੀ ਕਿ ਆਪਣੀ ਸੁੱਕੀ ਫਸਲ ਪਾਸਿਸ ਵਾਲੇ ਦਿਨ ਹੀ ਨਾਲ ਲੈ ਜਾਣ। ਸਾਰਿਆਂ ਨੂੰ ਬੁਲਾ ਕੇ ਸਾਰੇ ਹੀ ਜਿਹੜੇ ਪ੍ਰਬੰਧ ਨੇ, ਜੋ ਮਾਰਕੀਟ ਕਮੇਟੀ ਵੱਲੋਂ ਪ੍ਰਬੰਧ ਨੇ ਪੀਣ ਵਾਲੇ ਪਾਣੀ ਦੇ ਜਾਂ ਹੋਰ ਪੈਖਾਨਿਆਂ ਦੇ ਨੇ ਜਾਂ ਸੈਨੀਟਾਈਜ਼ਰ ਦੇ ਨੇ, ਉਹ ਸਾਰੇ ਹੀ ਪ੍ਰਬੰਧ ਮੁਕੰਮਲ ਪੂਰੇ ਕਰ ਲਏ ਗਏ ਨੇ, ਔਰ ਜਿੱਥੇ ਵੀ ਸਾਫ਼ ਸਫਾਈ ਦੇ ਵੀ ਪ੍ਰਬੰਧ ਨੇ ਉਹ ਵੀ ਮੁਕੰਮਲ ਕਰ ਲਏ ਗਏ ਨੇ। ਆਉਣ ਵਾਲੇ ਸਮੇਂ 'ਚ ਜਿਹੜਾ ਕੋਵਿਡ-19 ਦੇ ਸੰਬੰਧ 'ਚ ਵੀ ਸਾਰੇ ਆੜ੍ਹਤੀਆਂ ਨੂੰ, ਸਾਰੇ ਏਜੰਸੀਆਂ ਨੂੰ, ਸਾਰੇ ਲੇਬਰ ਵਾਲਿਆਂ ਨੂੰ ਦੱਸਿਆ ਗਿਆ ਕਿ ਆਪਣੇ ਆਪਣੇ ਜਿਹੜੇ ਸਾਰੇ ਹੀ ਆਪਣੇ ਲੇਬਰ ਵਾਲੇ ਨੂੰ ਆੜ੍ਹਤੀਆਂ ਨੂੰ ਟੀਕਾਕਰਨ ਲਵਾਉਣ। ਇਹਦੇ 'ਚ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ, ਸਾਰਿਆਂ ਦੀ ਸਿਹਤ ਵਾਸਤੇ ਭਲਾਈ ਦਾ ਕੰਮ ਹੈ, ਕਿਉਂਕਿ ਜਿਹੜਾ ਕੋਵਿਡ-19 ਦਾ ਟੀਕਾ ਹੈ ਇਹ 'ਚ ਕਿਸੇ ਤਰ੍ਹਾਂ ਦੀ, ਮੈਂ ਸਭ ਤੋਂ ਪਹਿਲਾਂ ਮੈਂ 15 ਮਾਰਚ ਨੂੰ ਮੈਂ ਟੀਕਾ ਲਵਾਇਆ ਸੀ, ਔਰ ਮੈਂ ਪੇਪਰ 'ਚ ਵੀ ਦਿੱਤਾ ਸੀ ਕਿ ਇਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ, ਇਹ ਟੀਕਾ ਜ਼ਰੂਰ ਲਵਾਇਆ ਜਾਏ। ਔਰ ਉਹ ਇਹਦੇ ਲਵਾਉਣ ਤੋਂ ਬਾਅਦ ਵੀ ਆਪਾਂ ਨੂੰ ਸੋਸ਼ਲ ਡਿਸਟੈਂਸ ਔਰ ਜਿਹੜੇ ਹੱਥ ਮਾਸਕ ਲਾ ਕੇ ਰਹਿਣਾ, ਔਰ ਜਿਹੜੇ ਹੱਥ ਨੇ ਉਹ ਸਾਫ਼ ਕਰਨੇ ਨੇ। ਔਰ ਸਾਡੇ ਚੇਅਰਮੈਨ ਮੰਡੀ ਬੋਰਡ ਦੇ ਸਰਦਾਰ ਲਾਲ ਸਿੰਘ ਜੀ ਹੋਰਾਂ ਨੇ ਵੱਲੋਂ ਸਾਰੀਆਂ ਹਦਾਇਤਾਂ ਨੇ ਸਾਨੂੰ ਕਿ ਸਾਰੀਆਂ ਮੰਡੀਆਂ ਦੇ ਵਿੱਚ ਅਸੀਂ ਮੁਕੰਮਲ ਸਾਰੇ ਪ੍ਰਬੰਧ ਕਰਾ ਲਏ ਨੇ, ਇਸ ਲਈ ਅਸੀਂ ਆਉਣ ਵਾਲੇ ਸੀਜ਼ਨ 'ਚ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਇਸ ਸੀਜ਼ਨ ਨੂੰ ਲਵਾਉਣ ਵਾਸਤੇ।